ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਜਿਸ ਨੂੰ GNE ਵਜੋਂ ਜਾਣਿਆ ਜਾਂਦਾ ਹੈ, ਪੰਜਾਬ ਦਾ ਸਭ ਤੋਂ ਪੁਰਾਣਾ ਨਾਮੀ ਇੰਜੀਨੀਅਰਿੰਗ ਕਾਲਜ ਹੈ। ਇਹ ਸੂਬਾ ਪੱਧਰੀ ਮਾਨਤਾ ਪ੍ਰਾਪਤ ਅਤੇ NAC ਤੋਂ A ਗ੍ਰੇਡ ਪ੍ਰਾਪਤ ਸੰਸਥਾ ਹੈ। GNE ਨੂੰ ਆਟੋਨਮਸ ਸੰਸਥਾ ਵਜੋਂ 2012 ਵਿੱਚ UGC ਨੇ ਮਾਨਤਾ ਦੇ ਦਿੱਤੀ ਸੀ। ਕਾਲਜ ਨੂੰ ਵਧੀਆ ਇੰਜੀਨੀਅਰ ਸਿਰਜਣ ਲਈ ਜਾਣਿਆ ਜਾਂਦਾ ਹੈ। ਇੱਥੇ ਮਕੈਨੀਕਲ, ਸਿਵਲ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਇਲੈਕਟ੍ਰੀਕਲ, ਇਨਫੋਰਮੇਸ਼ਨ ਟੈਕਨੋਲੋਜੀ, ਕੰਪਿਊਟਰ ਸਾਇੰਸ, ਪ੍ਰੋਡਕਸ਼ਨ, ਇਸ ਦੇ ਨਾਲ ਨਾਲ BCA, MBA, MCA ਕੋਰਸਿਸ, ਬੈਚਲਰਸ ਇਨ ਆਰਕੀਟੈਕਚਰ ਅਤੇ 13 ਵਿਸ਼ਿਆਂ ਦੇ ਵਿੱਚ MTech ਵੀ ਕਰਵਾਈ ਜਾਂਦੀ ਹੈ। GNE ਵੱਖ ਵੱਖ ਇੰਜੀਨੀਅਰਿੰਗ ਵਿਸ਼ਿਆਂ ਵਿੱਚ PhD ਵੀ ਕਰਵਾਉਂਦਾ ਹੈ। ਕਾਲਜ ਵਿੱਚ ਉੱਚ ਯੋਗਤਾ ਪ੍ਰਾਪਤ ਸਟਾਫ, ਵਧੀਆ ਕੈਂਪਸ, ਸ਼ਾਨਦਾਰ ਪ੍ਰਯੋਗਸ਼ਾਲਾਵਾਂ, ਸਪੋਰਟਸ ਕੰਪਲੈਕਸ ਅਤੇ Wi-Fi ਦੀ ਸਹੂਲਤ ਵੀ ਹੈ। ਇਸ ਦੇ ਨਾਲ ਈ ਲਰਨਿੰਗ ਅਤੇ ਪਰਸਨੈਲਿਟੀ ਡਿਵੈਲਪਮੈਂਟ ਦਾ ਸੈਂਟਰ ਵੀ ਹੈ। NCC, ਏਅਰ ਆਰਮੀ ਵਿੰਗ ਅਤੇ ਬਹੁਤ ਸਾਰੇ ਵਿਦਿਆਰਥੀ ਪ੍ਰਤਿਭਾ ਨੂੰ ਜਾਗਰਤ ਕਰਨ ਵਾਲੇ ਪ੍ਰੋਗਰਾਮ ਚਲਾਏ ਜਾਂਦੇ ਹਨ। ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਅਤੇ ਸਾਇੰਸ ਐਂਡ ਇੰਟਰਪ੍ਰੀਨਿਓਰਸ ਪਾਰਕ ਵਿਦਿਆਰਥੀਆਂ ਦੇ ਸ਼ਾਨਦਾਰ ਭਵਿੱਖ ਸਿਰਜਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਸਪੋਰਟਸ, ਕਲਚਰਲ ਅਤੇ ਅਕੈਡਮਿਕ ਪ੍ਰਾਪਤੀਆਂ ਵਿੱਚ GNE ਨੈਸ਼ਨਲ ਲੈਵਲ 'ਤੇ ਆਪਣੀ ਪਰਫਾਰਮੈਂਸ ਦਿਖਾ ਰਿਹਾ ਹੈ। ਕਾਲਜ ਵਿੱਚ ਲੜਕੇ ਲੜਕੀਆਂ ਵਾਸਤੇ 4 ਹੋਸਟਲ ਵੀ ਹਨ, ਜਿਨ੍ਹਾਂ ਵਿੱਚ ਮੈਸ ਦਾ ਸਾਰਾ ਸੰਚਾਲਨ ਵਿਦਿਆਰਥੀਆਂ ਵੱਲੋਂ ਹੀ ਕੀਤਾ ਜਾਂਦਾ ਹੈ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਲੱਗ ਅਲੱਗ ਪ੍ਰੋਫੈਸ਼ਨਲ ਸੁਸਾਇਟੀਜ਼ ਜਿਵੇਂ ISTE, SAE, IEEE, IE, CSI ਦੇ ਚੈਪਟਰ ਵੀ ਮੌਜੂਦ ਹਨ। ਆਧੁਨਿਕ ਸੁਵਿਧਾਵਾਂ ਨਾਲ ਲੈਸ ਕਾਲਜ ਦੀ ਲਾਇਬ੍ਰੇਰੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋ ਰਹੀ ਹੈ। ਜ਼ਰੂਰਤਮੰਦ ਵਿਦਿਆਰਥੀ ਆਰਥਿਕ ਮਦਦ ਦੇ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ, ਅਲੂਮਨਾਏ ਅਤੇ ਨਿਸ਼ਕਾਮ ਫਾਊਂਡੇਸ਼ਨ ਦੇ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਵਿਕਲਪ ਹਨ। ਸਾਨੂੰ ਓਫੀਸ਼ੀਅਲ GNDEC 'ਤੇ ਫੇਸਬੁੱਕ, ਇੰਸਟਾਗ੍ਰਾਮ, ਲਿੰਕਡਇਨ, ਟਵਿੱਟਰ ਅਤੇ YouTube 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਦਾਖਲੇ ਸੰਬੰਧੀ ਸੂਚਨਾ ਲਈ 7341116064 ਜਾਂ 7341116067 'ਤੇ ਸੰਪਰਕ ਕਰੋ ਜਾਂ www.gndec.ac.in 'ਤੇ ਹੋਰ ਵੇਰਵਿਆਂ ਦੇ ਲਈ ਜਾਓ।